ਬਿਸਮਿਲਲਾਹਿਰਰਹਿਮਾਨਿਰਰਹੀਮ ਤਮਾਮ ਦੇਖਣ ਔਰ ਸੁਣਨ ਵਾਲਿਆਂ ਨੂੰ ਅਸਲਾਮੁ ਅਲੈਕਮ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਜੱਟ ਜ਼ਿਮੀਂਦਾਰ ਵਲੌਗਸ ਦੇ ਨਾਂ ਤੋਂ। ਇਹਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਦੇ ਰਹਿਣਾ, ਔਰ ਸਾਡੀ ਕਮੀ ਬੇਸ਼ੀ ਵੀ ਸਾਨੂੰ ਦੱਸਦੇ ਰਹਿਣਾ, ਗਾਈਡ ਕਰਦੇ ਰਹਿਣਾ। ਅਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਅੱਜ ਆਪਣੇ ਹਾਈਬ੍ਰਿਡ ਧਾਨ ਜਿਹੜੇ ਨੇ ਉਹਨਾਂ ਨੂੰ ਅੱਜ ਖਾਦ ਦਾ ਜਿਹੜਾ ਵਾ ਉਹ ਛਟਾ ਦੇ ਰਹੇ ਹਾਂ ਔਰ ਖਾਦ ਅਸੀਂ ਪਾ ਰਹੇ ਹਾਂ। ਔਰ ਇਹ ਸਾਡੀ ਹਾਈਬ੍ਰਿਡ ਦੀ ਵਰਾਇਟੀ ਹੈ। ਔਰ ਅੱਜ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਕਿ ਇਹ ਜਿਹੜੀ ਹਾਈਬ੍ਰਿਡ ਦੀ ਵਰਾਇਟੀ ਹੈ ਇਹਦੀ ਔਸਤ ਕਿੰਨੀ ਹੈ, ਔਰ ਇਹ ਪਿਛਲੀ ਦਫ਼ਾ ਵੀ ਅਸੀਂ ਕਾਸ਼ਤ ਕੀਤੇ ਸੀ ਔਰ ਇਹਨੂੰ ਅਸੀਂ ਪਿਛਲੀ ਦਫ਼ਾ ਟੋਟਲ ਖੁਰਾਕ ਜਿਹੜੀ ਉਹ ਕਿੰਨੀ ਦਿੱਤੀ ਸੀ, ਕਿੰਨੀ ਖਾਦ ਦਿੱਤੀ ਸੀ, ਔਰ ਦਵਾਈ ਵਗੈਰਾ ਜਾਂ ਜ਼ਿੰਕ ਵਗੈਰਾ ਜਾਂ ਦਾਣੇਦਾਰ ਅਸੀਂ ਕਿੰਨੀ ਪਾਈ ਸੀ, ਔਰ ਇਸ ਟਾਈਮ ਅਸੀਂ ਜਿਹੜੀ ਆ ਉਹ ਕਿੰਨੀ ਖਾਦ ਅਤੇ ਕਿਹੜੀ ਪਾ ਰਹੇ ਹਾਂ, ਔਰ ਇਹ ਅਸੀਂ ਕਦੋਂ ਕਾਸ਼ਤ ਕੀਤੇ ਨੇ। ਇਹ ਸ਼ਾਇਦ ਮੈਂ ਕਾਸ਼ਤ ਦੀ ਜਿਹੜੀ ਵੀਡੀਓ ਵਾ ਉਹ ਵੀ ਆਪਣੇ ਭਾਈਆਂ ਨਾਲ ਸ਼ੇਅਰ ਕੀਤੀ ਸੀ ਕਿ ਇਹ ਅਸੀਂ 25 ਅਪ੍ਰੈਲ ਨੂੰ ਕਾਸ਼ਤ ਕੀਤੇ ਸੀ ਔਰ ਅੱਜ ਹੈ 3 ਮਈ, ਠੀਕ ਹੈ। ਤਕਰੀਬਨ ਇਹ 8 ਦਿਨ ਦੀ ਫਸਲ ਹੋ ਗਈ ਆ ਇਸ ਟਾਈਮ, ਇਹਨੂੰ ਕਾਸ਼ਤ ਕੀਤੀ ਨੂੰ 8 ਦਿਨ ਹੋ ਗਏ ਅੱਜ। ਔਰ ਜਿਹੜੀ ਆਪਾਂ ਪਨੀਰੀ ਲਾਉਂਦੇ ਹਾਂ ਜਾਂ ਖੁਦ ਤਿਆਰ ਕਰਨੇ ਆ ਜਾਂ ਛੋਟੀ ਜਿੰਨੀ ਵੀ ਪਨੀਰੀ ਲਾਉਂਦੇ ਉਹਦਾ ਫਾਇਦਾ ਕੀ ਹੁੰਦਾ ਵਾ। ਹੁਣ ਇਹਨੂੰ ਤਕਰੀਬਨ 8 ਦਿਨ ਹੋ ਗਏ ਨੇ, ਮੈਂ ਤੁਹਾਨੂੰ ਚੈੱਕ ਵੀ ਕਰਾ ਦਿੰਦਾ, ਔਰ ਮਾਸ਼ਾਅੱਲਾ ਇਹਨੇ ਆਪਣੀਆਂ ਜੜ੍ਹਾਂ 8 ਦਿਨਾਂ ਦੇ ਵਿੱਚ ਲਾ ਲਈਆਂ ਨੇ ਔਰ ਪੌਦਾ ਜਿਹੜਾ ਵਾ ਖੜ੍ਹਾ ਹੋ ਗਿਆ ਔਰ ਇਸਨੇ ਆਪਣੀ ਜਿਹੜੀ ਗਰੋਥ ਹੈ ਉਹ ਸ਼ੁਰੂ ਕਰ ਦਿੱਤੀ ਹੈ। ਸਿਰਫ ਔਰ ਸਿਰਫ 8 ਦਿਨ ਹੋ ਗਏ ਨੇ, ਇਹ ਤੁਸੀਂ ਚੈੱਕ ਕਰ ਲਓ, ਸਾਰੇ ਪੌਦੇ ਜਿਹੜੇ ਨੇ ਬਿਲਕੁਲ ਐਂ ਸਿੱਧੇ ਹੋ ਗਏ ਨੇ, ਮਸਲ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਲੱਗ ਗਈਆਂ ਨੇ। ਔਰ ਇਹ ਹੀ ਫਾਇਦਾ ਵਾ ਜਿਹੜੀ ਆਪਾਂ ਖੁਦ ਪਨੀਰੀ ਤਿਆਰ ਕਰਕੇ ਲਾਉਂਦੇ ਹਾਂ ਜਾਂ ਤੁਸੀਂ ਅਗਰ ਖਰੀਦ ਕੇ ਵੀ ਲਾਓ ਪਨੀਰੀ, ਲੇਕਿਨ ਪਨੀਰੀ ਜਿੰਨੀ ਛੋਟੀ ਹੋਏਗੀ ਓਨੀ ਜਲਦੀ ਜਿਹੜਾ ਨਾ ਇਹ ਗਰੋਥ ਕਰਨੀ ਸ਼ੁਰੂ ਕਰ ਦੇਗੀ ਔਰ ਇਹਦੀ ਐਵਰੇਜ ਵੀ ਅੱਛੀ ਆਉਂਦੀ, ਮਾੜੀ ਨਹੀਂ ਆਉਂਦੀ। ਇੱਕ ਤਾਂ ਟਾਈਮ ਜਿਹੜਾ ਵਾ ਉਹ ਬਚ ਜਾਂਦਾ ਵਾ, ਅਗਰ ਇੱਥੇ ਆਪਾਂ ਪਨੀਰੀ ਜਿਹੜੀ ਆ ਉਹ 2-2 ਫੁੱਟ ਦੀ ਲਾ ਦਿੰਦੇ ਤਾਂ ਉਹ ਜਿਹੜਾ ਵਾ ਧਾਨ ਦਾ ਤਾਂ ਨਾ ਉਹਨੂੰ ਸਿੱਧੇ ਪੱਧਰਿਆਂ ਹੁੰਦਿਆਂ ਹੀ 15 ਦਿਨ ਲੱਗ ਜਾਂਦੇ ਨੇ, ਠੀਕ ਹੈ। ਔਰ ਇਸ ਤੋਂ ਪਹਿਲੇ ਜਿਹੜੇ ਅਸੀਂ ਐਰੀਫੈਨ ਕਾਸ਼ ਕੀਤੇ ਸਨ ਪਨੀਰੀ, ਉਹ ਵੀ ਠੀਕ ਸੀ, ਲੇਕਿਨ ਇਹਦੇ ਨਾਲ ਥੋੜ੍ਹੀ ਜਿਹੀ ਉਹ ਕੱਦ 'ਚ ਜ਼ਿਆਦਾ ਸੀ, ਉਹਨੇ ਕੋਈ ਟਾਈਮ 2-4 ਦਿਨ ਦਾ ਜ਼ਿਆਦਾ ਲਿਆ ਵਾ, ਲੇਕਿਨ ਮਾਸ਼ਾਅੱਲਾ ਉਹ ਵੀ ਬੜੀ ਅੱਛੀ ਫਸਲ ਖੜੀ ਹੈ, ਮਾੜੀ ਨਹੀਂ ਹੈਗੀ। ਅਤੇ ਬਾਕੀ ਹੁਣ ਆ ਜਾਓ ਜੀ ਖੁਰਾਕ 'ਤੇ ਔਰ ਇਹਦੀ ਐਵਰੇਜ 'ਤੇ। ਇਹ ਜਿਹੜੀ ਹਾਈਬ੍ਰਿਡ ਦੀ ਵਰਾਇਟੀ ਹੈ ਇਹ ਵਰਾਇਟੀ ਹੈ LP18, ਔਰ LP18 ਔਰ LP2 ਇਹ ਪਿਛਲੇ ਸਾਲ ਪਹਿਲੀ ਦਫ਼ਾ ਅਸੀਂ ਕਾਸ਼ਤ ਕੀਤੇ ਸਨ ਔਰ ਇਸ ਦਫ਼ਾ ਅਸੀਂ ਦੂਸਰੇ ਸਾਲ 'ਚ ਇਹਨਾਂ ਨੂੰ ਕਾਸ਼ਤ ਕਰਦੇ ਪਏ ਹਾਂ। ਔਰ ਪਿਛਲੇ ਸਾਲ ਅਸੀਂ ਜਿਹੜੀ LP18 ਜਾਂ LP2 ਆ ਇਹਨੂੰ ਖੁਰਾਕ ਅਸੀਂ ਸੇਮ ਹੀ ਦਿੱਤੀ ਸੀ। ਕਿਹੜੀ ਖੁਰਾਕ ਦਿੱਤੀ ਸੀ ਫਿਲਹਾਲ ਤਾਂ ਅੱਜ ਵਾਲੀ ਖੁਰਾਕ ਅਸੀਂ ਫਿਲਹਾਲ ਜਿਹੜਾ ਨਾ ਇੱਕ DAP ਦਾ ਛੱਟਾ ਕਰਾਉਂਦੇ ਪਏ, ਉਸ ਤੋਂ ਬਾਅਦ 2-4 ਦਿਨ ਤੋਂ ਬਾਅਦ ਅਸੀਂ ਯੂਰੀਆ ਦਾ ਛੱਟਾ ਜਿਹੜਾ ਵਾ ਉਹ ਕਰਾ ਦਿਆਂਗੇ। ਹੁਣ ਆ ਜਾਓ ਜੀ ਪਿਛਲੇ ਸਾਲ ਅਸੀਂ ਇਹਨੂੰ ਕੀ ਖੁਰਾਕ ਦਿੱਤੀ ਆ, ਪਿਛਲੇ ਸਾਲ ਅਸੀਂ ਇਹਨੂੰ ਪਰ ਏਕੜ 50 ਏਕੜ ਜਿਹੜਾ ਨਾ ਅਸੀਂ 1.5 DAP, 1 NITROFAS ਔਰ 3 ਜਿਹੜੀਆਂ ਨੇ ਉਹ ਅਸੀਂ ਯੂਰੀਆ ਦੀਆਂ ਬੋਰੀਆਂ ਛੱਟਾ ਕਰਾਈਆਂ ਨੇ।
ਉਸ ਤੋਂ ਬਾਅਦ ਚਾਰ ਚਾਰ ਥੈਲੀਆਂ ਚਾਰ ਚਾਰ ਕਿਲੋ ਦੀਆਂ ਦਾਣੇਦਾਰ ਦੀਆਂ ਫੀ ਏਕੜ ਨੂੰ ਅਸੀਂ ਪਾਈਆਂ ਨੇ ਔਰ ਉਸ ਦੇ ਦੌਰਾਨ ਜਿਹੜੇ ਨੇ ਉਹ ਸਪਰੇਅ ਵੀ ਦੋ ਚਾਰ ਹੋਏ ਨੇ ਉਹ ਵੀ ਇਨਸ਼ਾਅੱਲਾ ਤਾਲਾ ਜਦੋਂ ਕੋਈ ਸਟੇਜ ਆਈ ਸਪਰੇਅ ਦੀ ਉਹ ਵੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਕਿਹੜੇ ਕਿਹੜੇ ਸਪਰੇਅ ਔਰ ਕਦੋਂ ਕਦੋਂ ਕਰਨੇ ਚਾਹੀਦੇ ਨੇ ਔਰ ਚਾਰ ਮਸਲ ਡੇਢ ਡੀ ਏ ਪੀ ਇੱਕ ਨੈਟਰੋਫਾਸ ਤਿੰਨ ਯੂਰੀਆ ਔਰ ਜ਼ਿੰਕ ਵੀ ਇਹਦੇ 'ਚ ਸ਼ਾਮਿਲ ਹੈ ਠੀਕ ਹੈ ਕਿਉਂਕਿ ਅਸੀਂ ਇਕੱਠੇ ਜਿਹੜੇ ਪੰਜ ਸੱਤ ਡਰੰਮ ਜਾਂ ਦਸ ਡਰੰਮ ਜਿਹੜੇ ਉਹ ਲੈ ਆਉਣੇ ਹੁੰਦੇ ਨੇ ਫਿਰ ਉਹਦੇ 'ਚੋਂ 10 ਲੀਟਰ ਜਾਂ 20 ਲੀਟਰ ਜਿਹੜਾ ਕੋਈ ਕਿੱਲਾ ਮਾੜਾ ਵਾ ਉਹਨੂੰ ਕੋਈ ਦੋ ਚਾਰ ਲੀਟਰ ਵੱਧ ਪਾਤੀ ਕੋਈ ਦੂਸਰੇ ਨੂੰ ਜਿਹੜੇ 10 ਲੀਟਰ 15 ਲੀਟਰ ਇਸ ਹਿਸਾਬ ਨਾਲ ਅਸੀਂ ਜਿਹੜੀ ਉਹ ਪਾਈ ਰੱਖੀ ਦੀ ਆ ਠੀਕ ਹੈ ਜ਼ਿੰਕ ਵੀ ਪਾਈ ਆ ਉਸ ਤੋਂ ਬਾਅਦ ਸਪਰੇਅ ਜਿਹੜੇ ਨੇ ਉਹ ਵੀ ਹੋਏ ਨੇ ਲੇਕਿਨ ਜਿਹੜੀ ਮੈਂ ਅੱਜ ਮੇਨ ਜਿਹੜਾ ਹਵਾ ਹੈਗਾ ਉਹ ਸਿਰਫ ਮੈਂ ਆਪਣੇ ਭਾਈਆਂ ਨੂੰ ਖਾਦ ਦੇ ਮੁਤਾਲਕ ਹੀ ਦੱਸਾਂਗਾ ਕਿ ਅਸੀਂ ਜਿਹੜੀ ਇਹਨੂੰ ਖਾਦ ਜਿਹੜੀ ਅਸੀਂ ਪਿਛਲੇ ਸਾਲ ਪਾਈ ਔਰ ਸਾਡੀ ਐਵਰੇਜ ਉਹ ਕੀ ਆਈ ਹੈ ਅਸੀਂ ਜਿਹੜੀ ਖਾਦ ਮੈਂ ਦੱਸ ਚੁੱਕੀ ਹਾਂ ਇਹ ਖਾਦ ਪਾਈ ਆ ਚਾਰ ਚਾਰ ਅਸੀਂ ਦਾਣੇਦਾਰ ਪਾਈਆਂ ਨੇ ਠੀਕ ਹੈ ਔਰ ਅਲਹਮਦੁਲਿਲਾ ਜਿਹੜੀ ਸਾਡੀ ਐਲ ਪੀ 18 ਜਿਹੜਾ ਅਸੀਂ ਹੁਣ ਇਸ ਟਾਈਮ ਕਾਸ਼ਤ ਕੀਤਾ ਹੋਇਆ ਵਾ ਇਹਦੀ ਸਾਰੇ ਦੀ ਮਾਸ਼ਾਅੱਲਾ ਜਿਹੜੀ ਐਵਰੇਜ ਹੈ ਉਹ 100 ਮਣ ਤੋਂ ਉੱਪਰ ਗਈ ਠੀਕ ਹੈ ਕੁਛ ਏਕੜ ਜਿਹੜੇ ਨੇ 100 ਕੁਛ 105 ਕੁਛ 110 ਕੁਛ 115 ਤੱਕ ਵੀ ਜਿਹੜੇ ਨੇ ਉਹ ਸਾਨੂੰ ਸਾਡੇ ਏਕੜ ਜਿਹੜੇ ਨੇ ਟੱਚ ਕੀਤੇ ਨੇ ਔਰ ਅਲਹਮਦੁਲਿਲਾ ਬੜੀ ਚੰਗੀ ਔਰ ਬੜੀ ਅੱਛੀ ਐਵਰੇਜ ਹੈ ਇਸ ਵਰਾਇਟੀ ਦੀ ਠੀਕ ਹੈ ਔਰ ਸਾਡੇ ਇਲਾਕੇ 'ਚ ਤਕਰੀਬਨ 125 ਤੱਕ ਜਿਹੜਾ ਨਾ 130 ਮਣ ਤੱਕ ਵੀ ਤੁਸੀਂ ਕਹਿ ਸਕਦੇ ਜੇ ਕਿ ਇਹਦੀ ਐਵਰੇਜ ਜਿਹੜੀ ਆ ਉਹ ਜਾਂਦੀ ਆ ਲੇਕਿਨ ਇਹਨੂੰ ਜਿਹੜੀ ਅਸੀਂ ਖੁਰਾਕ ਦਿੱਤੀ ਉਹ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰ ਦਿੱਤੀ ਆ ਕਿ ਇੰਨੀ ਖੁਰਾਕ ਦੇ ਇਹਦੀ 100 ਮਣ ਤੋਂ ਉੱਪਰ ਜਿਹੜੀ ਆ ਉਹ ਐਵਰੇਜ ਹੈ ਔਰ ਇਸ ਇਹ ਜਿਹੜੀ ਵਰਾਇਟੀ ਦਾ ਟਾਈਮ ਹੈ ਇਹ ਵੀ 100 ਦਿਨ ਤੋਂ ਉੱਪਰ ਹੈ ਕਈ ਲੋਕ ਕਹਿੰਦੇ ਨੇ 90, 80, 90, 95 ਲੇਕਿਨ ਨਹੀਂ ਸਾਫ਼ ਝੂਠ ਹੈ 100 ਦਿਨ ਤੋਂ ਉੱਪਰ 105 ਲੈ ਜੇ 110 ਲੈ ਜੇ 100 ਦਿਨ ਤੋਂ ਜਿਹੜਾ ਵਾ ਉਹ ਉੱਪਰ ਇਹ ਵਰਾਇਟੀ ਜਿਹੜੀ ਆ ਇਹ ਟਾਈਮ ਲੈ ਜਾਂਦੀ ਆ ਔਰ ਅਲਹਮਦੁਲਿਲਾ ਬੜੀ ਅੱਛੀ ਵਰਾਇਟੀ ਹੈ ਐਵਰੇਜ ਦੇ ਹਿਸਾਬ ਨਾਲ ਔਰ ਇਹਨੂੰ ਜਿਹੜਾ ਨਾ ਤਾਂ ਤੁਸੀਂ ਜਿਹੜਾ ਵੀ ਕਾਸ਼ਤ ਕਰੋ ਉਹਨੂੰ ਦਾਣੇਦਾਰ ਜਿਹੜੀ ਇਹਨੂੰ ਲਾਜ਼ਮੀ ਪਾਉਂਦੇ ਰਹਿਣਾ ਕਿਉਂਕਿ ਜਿਹੜਾ ਇਹਦੇ ਜੋ ਸਿੱਟਾ ਨਿਕਲਦਾ ਨਾ ਬਾਜ਼ ਲੋਕ ਨਹੀਂ ਪਾਉਂਦੇ ਉਹਨਾਂ ਦੀਆਂ ਬਾਜ਼ ਜਿਹੜੀਆਂ ਮੁੰਜਰਾਂ ਨੇ ਬਿਲਕੁਲ ਸਫੈਦ ਨਿਕਲਦੀਆਂ ਹੁਣ ਕਾਫੀ ਜ਼ਿਆਦਾ ਜਿਹੜਾ ਵਾ ਉਹ ਨੁਕਸਾਨ ਹੁੰਦਾ ਵਾ ਕੋਸ਼ਿਸ਼ ਕਰਿਆ ਕਰੋ ਦਾਣੇਦਾਰ ਦਾ ਜਿਹੜਾ ਨਾ ਉਹ ਵਾਧਾ ਘਾਟਾ ਨਹੀਂ ਹੋਣਾ ਚਾਹੀਦਾ ਔਰ ਖਾਦ ਜਿਹੜੀ ਮੈਂ ਆਪਣੇ ਭਾਈ ਨਾਲ ਸ਼ੇਅਰ ਕਰ ਚੁੱਕੇ ਇਹ ਹੀ ਅਸੀਂ ਦਿੱਤੀ ਆ ਇਸ ਤੋਂ ਵੱਧ ਘੱਟ ਅਸੀਂ ਖਾਦ ਨਹੀਂ ਦਿੱਤੀ ਔਰ ਅਸੀਂ ਇਹ ਦੇਖ ਲਓ ਪਨੀਰੀ ਵੀ ਆਪ ਕਾਸ਼ ਕੀਤੀ ਸੀ ਔਰ ਇਹ ਤਕਰੀਬਨ ਕਨਾਲ ਦੇ ਲਗਭਗ ਸੀਗੀ ਔਰ ਇਹ ਬਾਕੀ ਇਹ ਜਿਹੜੀ ਆ ਇਹ ਵੱਧ ਗਈ ਹੈ ਇੱਥੇ ਤਕਰੀਬਨ 7 ਏਕੜ ਜਿਹੜੇ ਨੇ 6 ਏਕੜ ਲੱਗ ਗਏ ਬਾਕੀ ਇਹ ਜਿਹੜੀ ਆ ਵਧੀ ਹੈ ਇਹ ਵੀ ਹੁਣ ਇਨਸ਼ਾਅੱਲਾ ਇਹਨਾਂ ਨੂੰ ਅਸੀਂ ਸ਼ਿਫਟ ਕਰ ਦਿਆਂਗੇ ਬਾਕੀ ਕੋਈ ਜਗ੍ਹਾ ਸਾਡੇ ਕੋਲ ਖਾਲੀ ਹੁੰਦੀ ਬਾਕੀ ਮਾਸ਼ਾਅੱਲਾ ਅੱਛੀ ਵਰਾਇਟੀ ਹੈ ਕਾਸ਼ਤ ਕਰਨੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਵਰਾਇਟੀਆਂ ਦੋਵਾਂ ਦੇ ਸਾਡੇ ਕੋਲ ਬੀਜ ਜਿਹੜੇ ਨੇ ਉਹ ਆਏ ਪੈਣ ਇਨਸ਼ਾਅੱਲਾ ਤਾਲਾ ਉਹ ਵੀ ਜਿਹੜੇ ਆ ਉਹ ਹੁਣ ਮੱਕੀ ਵਾਲੀ ਜਗ੍ਹਾ 'ਤੇ ਅਸੀਂ ਲਾਉਣਾ ਵਾ ਲੇਕਿਨ ਅਸੀਂ ਉਹ ਦੇਖ ਰਹੇ ਹਾਂ ਉਸ ਹਿਸਾਬ ਨਾਲ ਕਿ ਅਸੀਂ ਹੁਣ ਪਨੀਰੀ ਕਦੋਂ ਕਾਸ਼ਤ ਕਰੀਏ ਕਿਉਂਕਿ ਮਕਾਈ ਦਾ ਜਿਹੜਾ ਟਾਈਮ ਪੀਰੀਅਡ ਹੈ ਉਸ ਨੂੰ ਦੇਖ ਕੇ ਜਿਹੜਾ ਵਾ ਉਹ ਕਾਸ਼ਤ ਕਰਾਂਗੇ ਔਰ ਇਨਸ਼ਾਅੱਲਾ ਉਹ ਵੀ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਜਦੋਂ ਅਸੀਂ ਪਨੀਰੀ ਕਾਸ਼ਤ ਕੀਤੀ ਬਾਕੀ ਕਮੀ ਬੇਸ਼ੀ ਹੋਵੇ ਤਾਂ ਬਿਲਕੁਲ ਗਾਈਡ ਕਰਿਓ ਜੀ ਬਾਕੀ ਦੁਆਓਂ ਮੈਂ ਯਾਦ ਰੱਖੀਏਗਾ ਆਪਣਾ ਖਿਆਲ ਰੱਖੀਏਗਾ ਵਸਲਾਮ।